ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਅਤੇ ਮਾਨ ਮੰਤਰੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਇੰਤਕਾਲਾਂ ਦੇ ਲਈ ਸਪੈਸ਼ਲ ਕੈਂਪ ਲਗਾਇਆ ਗਿਆ ਹੈ ਰਾਜਪੁਰਾ ਵਿਖੇ ਅਤੇ ਇਸ ਦੇ ਵਿੱਚ ਲੰਬਿਤ ਪਏ ਹੋਏ ਸਾਰੇ ਇੰਤਕਾਲ ਜਿਹੜੇ ਪੁਰਾਣੇ ਪੈਂਡਿੰਗ ਪਏ ਨੇ ਉਹ ਕੀਤੇ ਜਾ ਰਹੇ ਨੇ। ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੈ ਔਰ ਲੋਕ ਆ ਕੇ ਆਪਣੇ ਇੰਤਕਾਲ ਕਰਵਾ ਰਹੇ ਨੇ। ਤਕਰੀਬਨ 100 ਦੇ ਕਰੀਬ ਅਸੀਂ ਇੰਤਕਾਲ ਕਰ ਚੁੱਕੇ ਹਾਂ ਅਤੇ ਜਿਵੇਂ ਜਿਵੇਂ ਹੋਰ ਵੀ ਲੋਕ ਆਉਣਗੇ ਅਸੀਂ ਇੰਤਕਾਲ ਕਰਦੇ ਜਾਵਾਂਗੇ। ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਅਤੇ ਮਾਨ ਮੰਤਰੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਇੰਤਕਾਲਾਂ ਦੇ ਲਈ ਸਪੈਸ਼ਲ ਕੈਂਪ ਲਗਾਇਆ ਗਿਆ ਹੈ ਰਾਜਪੁਰਾ ਵਿਖੇ ਅਤੇ ਇਸ ਦੇ ਵਿੱਚ ਲੰਬਿਤ ਪਏ ਹੋਏ ਸਾਰੇ ਇੰਤਕਾਲ ਜਿਹੜੇ ਪੁਰਾਣੇ ਪੈਂਡਿੰਗ ਪਏ ਨੇ ਉਹ ਕੀਤੇ ਜਾ ਰਹੇ ਨੇ। ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੈ ਔਰ ਲੋਕ ਆ ਕੇ ਆਪਣੇ ਇੰਤਕਾਲ ਕਰਵਾ ਰਹੇ ਨੇ। ਤਕਰੀਬਨ 100 ਦੇ ਕਰੀਬ ਅਸੀਂ ਇੰਤਕਾਲ ਕਰ ਚੁੱਕੇ ਹਾਂ ਅਤੇ ਜਿਵੇਂ ਜਿਵੇਂ ਹੋਰ ਵੀ ਲੋਕ ਆਉਣਗੇ ਅਸੀਂ ਇੰਤਕਾਲ ਕਰਦੇ ਜਾਵਾਂਗੇ। ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਅਤੇ ਮਾਨ ਮੰਤਰੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਇੰਤਕਾਲਾਂ ਦੇ ਲਈ ਸਪੈਸ਼ਲ ਕੈਂਪ ਲਗਾਇਆ ਗਿਆ ਹੈ ਰਾਜਪੁਰਾ ਵਿਖੇ ਅਤੇ ਇਸ ਦੇ ਵਿੱਚ ਲੰਬਿਤ ਪਏ ਹੋਏ ਸਾਰੇ ਇੰਤਕਾਲ ਜਿਹੜੇ ਪੁਰਾਣੇ ਪੈਂਡਿੰਗ ਪਏ ਨੇ ਉਹ ਕੀਤੇ ਜਾ ਰਹੇ ਨੇ। ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੈ ਔਰ ਲੋਕ ਆ ਕੇ ਆਪਣੇ ਇੰਤਕਾਲ ਕਰਵਾ ਰਹੇ ਨੇ। ਤਕਰੀਬਨ 100 ਦੇ ਕਰੀਬ ਅਸੀਂ ਇੰਤਕਾਲ ਕਰ ਚੁੱਕੇ ਹਾਂ ਅਤੇ ਜਿਵੇਂ ਜਿਵੇਂ ਹੋਰ ਵੀ ਲੋਕ ਆਉਣਗੇ ਅਸੀਂ ਇੰਤਕਾਲ ਕਰਦੇ ਜਾਵਾਂਗੇ। ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਅਤੇ ਮਾਨ ਮੰਤਰੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਇੰਤਕਾਲਾਂ ਦੇ ਲਈ ਸਪੈਸ਼ਲ ਕੈਂਪ ਲਗਾਇਆ ਗਿਆ ਹੈ ਰਾਜਪੁਰਾ ਵਿਖੇ ਅਤੇ ਇਸ ਦੇ ਵਿੱਚ ਲੰਬਿਤ ਪਏ ਹੋਏ ਸਾਰੇ ਇੰਤਕਾਲ ਜਿਹੜੇ ਪੁਰਾਣੇ ਪੈਂਡਿੰਗ ਪਏ ਨੇ ਉਹ ਕੀਤੇ ਜਾ ਰਹੇ ਨੇ। ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੈ ਔਰ ਲੋਕ ਆ ਕੇ ਆਪਣੇ ਇੰਤਕਾਲ ਕਰਵਾ ਰਹੇ ਨੇ। ਤਕਰੀਬਨ 100 ਦੇ ਕਰੀਬ ਅਸੀਂ ਇੰਤਕਾਲ ਕਰ ਚੁੱਕੇ ਹਾਂ ਅਤੇ ਜਿਵੇਂ ਜਿਵੇਂ ਹੋਰ ਵੀ ਲੋਕ ਆਉਣਗੇ ਅਸੀਂ ਇੰਤਕਾਲ ਕਰਦੇ ਜਾਵਾਂਗੇ। ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਅਤੇ ਮਾਨ ਮੰਤਰੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਇੰਤਕਾਲਾਂ ਦੇ ਲਈ ਸਪੈਸ਼ਲ ਕੈਂਪ ਲਗਾਇਆ ਗਿਆ ਹੈ ਰਾਜਪੁਰਾ ਵਿਖੇ ਅਤੇ ਇਸ ਦੇ ਵਿੱਚ ਲੰਬਿਤ ਪਏ ਹੋਏ ਸਾਰੇ ਇੰਤਕਾਲ ਜਿਹੜੇ ਪੁਰਾਣੇ ਪੈਂਡਿੰਗ ਪਏ ਨੇ ਉਹ ਕੀਤੇ ਜਾ ਰਹੇ ਨੇ। ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੈ ਔਰ ਲੋਕ ਆ ਕੇ ਆਪਣੇ ਇੰਤਕਾਲ ਕਰਵਾ ਰਹੇ ਨੇ। ਤਕਰੀਬਨ 100 ਦੇ ਕਰੀਬ ਅਸੀਂ ਇੰਤਕਾਲ ਕਰ ਚੁੱਕੇ ਹਾਂ ਅਤੇ ਜਿਵੇਂ ਜਿਵੇਂ ਹੋਰ ਵੀ ਲੋਕ ਆਉਣਗੇ ਅਸੀਂ ਇੰਤਕਾਲ ਕਰਦੇ ਜਾਵਾਂਗੇ। ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਅਤੇ ਮਾਨ ਮੰਤਰੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਇੰਤਕਾਲਾਂ ਦੇ ਲਈ ਸਪੈਸ਼ਲ ਕੈਂਪ ਲਗਾਇਆ ਗਿਆ ਹੈ ਰਾਜਪੁਰਾ ਵਿਖੇ ਅਤੇ ਇਸ ਦੇ ਵਿੱਚ ਲੰਬਿਤ ਪਏ ਹੋਏ ਸਾਰੇ ਇੰਤਕਾਲ ਜਿਹੜੇ ਪੁਰਾਣੇ ਪੈਂਡਿੰਗ ਪਏ ਨੇ ਉਹ ਕੀਤੇ ਜਾ ਰਹੇ ਨੇ। ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੈ ਔਰ ਲੋਕ ਆ ਕੇ ਆਪਣੇ ਇੰਤਕਾਲ ਕਰਵਾ ਰਹੇ ਨੇ। ਤਕਰੀਬਨ 100 ਦੇ ਕਰੀਬ ਅਸੀਂ ਇੰਤਕਾਲ ਕਰ ਚੁੱਕੇ ਹਾਂ ਅਤੇ ਜਿਵੇਂ ਜਿਵੇਂ ਹੋਰ ਵੀ ਲੋਕ ਆਉਣਗੇ ਅਸੀਂ ਇੰਤਕਾਲ ਕਰਦੇ ਜਾਵਾਂਗੇ। ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਅਤੇ ਮਾਨ ਮੰਤਰੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਇੰਤਕਾਲਾਂ ਦੇ ਲਈ ਸਪੈਸ਼ਲ ਕੈਂਪ ਲਗਾਇਆ ਗਿਆ ਹੈ ਰਾਜਪੁਰਾ ਵਿਖੇ ਅਤੇ ਇਸ ਦੇ ਵਿੱਚ ਲੰਬਿਤ ਪਏ ਹੋਏ ਸਾਰੇ ਇੰਤਕਾਲ ਜਿਹੜੇ ਪੁਰਾਣੇ ਪੈਂਡਿੰਗ ਪਏ ਨੇ ਉਹ ਕੀਤੇ ਜਾ ਰਹੇ ਨੇ। ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੈ ਔਰ ਲੋਕ ਆ ਕੇ ਆਪਣੇ ਇੰਤਕਾਲ ਕਰਵਾ ਰਹੇ ਨੇ। ਤਕਰੀਬਨ 100 ਦੇ ਕਰੀਬ ਅਸੀਂ ਇੰਤਕਾਲ ਕਰ ਚੁੱਕੇ ਹਾਂ ਅਤੇ ਜਿਵੇਂ ਜਿਵੇਂ ਹੋਰ ਵੀ ਲੋਕ ਆਉਣਗੇ ਅਸੀਂ ਇੰਤਕਾਲ ਕਰਦੇ ਜਾਵਾਂਗੇ।